कमेटी का एक भी स्टेटमेंट दिखा दो जे उन्होंने कहा होवे कि कांग्रेस सरकार सारी ने कतलेआम किया ते सारी कांग्रेस सरकार ने कतलेआम करवाया। एक भी सिख लीडर का नाम दस दो जिसने कहा होवे कि दिल्ली पुलिस के हर SHO ACP DCP IG DIG सारिया ने कतलेआम किया ते करवाया ते सिखां दीआं लाशां नूं इकट्ठा किया ते उन्हां नूं तेल पा के सड़ दिता। एक भी नाम लैके तुसीं दस दो। ਤੁਹਾਡੀ ਹੀ ਗੱਲ ਕਰਨਾ, ਤੁਸੀਂ ਹੀ ਸਰਕਾਰੀ ਕਤਲੇਆਮ ਕਿਤਾਬ ਕੱਢੀ ਔਰ ਠੋਕ ਕੇ ਦਿੱਲੀ ਪੁਲਿਸ ਦਾ ਵੀ ਨਾਮ ਲਿੱਤਾ, ਸਰਕਾਰਾਂ ਦਾ ਵੀ ਨਾਮ ਲਿੱਤਾ। ਉਹਦੇ ਅੰਦਰ ਕੋਈ ਰਹਿ ਨਹੀਂ, ਕਾਂਗਰਸ ਨੇ ਸਾਡੀ ਕੌਮ ਦਾ ਕਤਲੇਆਮ ਕੀਤਾ, ਔਨ ਰਿਕਾਰਡ ਹੈਗਾ ਸਾਰੀ ਗੱਲ। ਮਗਰ ਫਿਰ ਸਵਾਲ ਇੱਕ ਆਉਂਦਾ ਹੈਗਾ ਕਿ ਤੁਹਾਡੀ ਕਿਤਾਬ ਸਰਕਾਰੀ ਕਤਲੇਆਮ, ਜਿਵੇਂ ਜਿਵੇਂ ਉਹਦੇ ਐਡੀਸ਼ਨ ਚੇਂਜ ਹੁੰਦੇ ਗਏ, ਉਹਦੇ 'ਚੋਂ ਦਿੱਲੀ ਪੁਲਿਸ ਦੇ ਅਫਸਰਾਂ ਦੇ ਨਾਮ ਹਟਣੇ ਸ਼ੁਰੂ ਹੋ ਗਏ, ਜਿਹੜੀ ਲਾਸਟ ਕਿਤਾਬ ਹੈ, ਜਿਹੜੀ ਤੁਹਾਡੀ ਸਭ ਤੋਂ ਪਹਿਲੀ ਕਿਤਾਬ ਹੈ, ਉਹਦੇ ਅੰਦਰ ਬੜੀ ਵੱਡੀ ਲਿਸਟ ਹੁੰਦੀ। 72 ਪੁਲਿਸ ਅਫਸਰਾਂ ਦੀ ਲਿਸਟ ਅੱਜ ਵੀ ਹੈ, पहले भी सी और हमेशा रहेगी। कदी किताबां दे एडिशनां तो ना नहीं कट्टे जांदे, कदी नहीं कट्टे जांदे। और मैं कौन आ कट्टन वाला? 72 पुलिस अफसरां दे ते मैं ना लिखे ने। तुसी दस दो किसने लिखे ने? बिल्कुल तुहाडा ना सरकारी कतलेआम किताब ही तुसी जारी कीती है। अज भी नैट ते सारियां किताबां दे उत्ते 72 पुलिस अफसरां दे ना ने, ਉਹਨੂੰ ਕੌਣ ਹਟਾ ਸਕਦਾ ਹੈ? ਲੇਕਿਨ ਬੱਬਰ ਸਾਹਿਬ ਅਜੀਬ ਨਹੀਂ ਲੱਗਦਾ ਤੁਹਾਨੂੰ? ਜੰਤਰ ਮੰਤਰ ਤੇ ਪਰਮਿਸ਼ਨ ਵੀ ਦਿੱਲੀ ਪੁਲਿਸ ਦਿੰਦੀ ਹੈ, ਤੁਸੀਂ ਮੋਰਚਾ ਵੀ ਦਿੱਲੀ ਪੁਲਿਸ ਦੇ ਖਿਲਾਫ ਲਾ ਰਹੇ ਹੋ। ਮੈਂ ਪਿਛਲੀ ਵਾਰ ਵੀ ਇਹ ਸਵਾਲ ਪੁੱਛਿਆ ਸੀ, ਤੁਹਾਨੂੰ ਦਿੱਲੀ ਪੁਲਿਸ ਤੋਂ ਡਰ ਨਹੀਂ ਲੱਗਦਾ? ਮੈਨੂੰ ਵਾਂਟਿਡ ਬਣਾਇਆ, ਟੈਰੋਰਿਸਟ ਬਣਾਇਆ, ਮੈਂ ਮੇਰੇ ਤੇ 50 ਲੱਖ ਦਾ ਇਨਾਮ ਰਿਹਾ ਤੇ ਹੋਰ ਮੈਂ ਮੁਕੱਦਮੇ ਲੜੇ, 72 ਮੇਰੇ ਖਿਲਾਫ 72 ਮੁਕੱਦਮੇ ਹੋਏ। ਪਰ ਮੈਂ ਤੁਹਾਨੂੰ ਦੱਸਾਂ, ਤੁਹਾਡਾ ਇੰਟਰਵਿਊ ਗਲਤ ਤਰਫ ਜਾ ਰਿਹਾ ਹੈ, ਇਹ ਪਰਸਨਲ ਆ ਰਿਹਾ ਹੈ ਮੇਰੇ ਵੱਲ। ਮੇਰਾ ਇਸ਼ੂ ਹੈਗਾ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਕਰਵਾਇਆ, ਮੇਰਾ ਇਸ਼ੂ ਹੈ ਦਿੱਲੀ ਪੁਲਿਸ ਨੇ ਸਿੱਖਾਂ ਦੀਆਂ ਲਾਸ਼ਾਂ ਪੈਟਰੋਲ ਪਾ ਕੇ ਸਾੜੀਆਂ। ਗੁਰਚਰਨ ਸਿੰਘ ਬਾਬਰ ਕੀ ਚੀਜ਼ ਹੈ? ਕੁਛ ਨਹੀਂ ਹੈ, ਕੁਛ ਨਹੀਂ ਹੈ। ਦਿੱਲੀ ਗੁਰਦੁਆਰਾ ਕਮੇਟੀ ਕੁਛ ਨਹੀਂ ਹੈ, ਇਹ ਮਾਮਲਾ ਬਹੁਤ ਵੱਡਾ ਹੈ, ਇਹ ਪਰਸਨਲ ਮਾਮਲੇ ਨਹੀਂ ਹੈਗੇ। ਬੱਬਰ ਸਾਹਿਬ ਮੈਂ ਤੁਹਾਨੂੰ ਮਾਫੀ ਚਾਹੁੰਦਾ, ਤੁਸੀਂ ਇਸ ਗੱਲ ਨੂੰ ਪਰਸਨਲ ਲੈ ਕੇ ਜਾ ਰਹੇ ਹੈਗੇ ਹੋ। ਅੱਜ ਦੀ ਡੇਟ 'ਚ ਖਾਲੀ ਦਿੱਲੀ ਦੀ ਗੱਲ ਨਾ ਕਰੀਏ, ਪੂਰੀ ਦੁਨੀਆ ਦੇ ਜਿੱਥੇ ਵੀ ਕੋਈ ਵੀ ਸਿੱਖ ਵੱਸਦਾ ਜਾਂ ਨੌਨ ਸਿੱਖ, ਬੇਸ਼ੱਕ ਉਹ ਉਹਦੇ ਕੇਸ ਕਤਲ ਨੇ, ਅਗਰ ਉਹ ਪੰਜਾਬੀ ਹੈਗਾ ਜਿਹਦਾ ਪੰਜਾਬੀਅਤ ਨਾਲ ਸਿੱਖ ਕੌਮ ਨਾਲ ਪਿਆਰ ਹੈ, ਤੁਸੀਂ ਉਹਦੇ ਬੱਚੇ ਨੂੰ ਚਾਹੇ ਇੰਗਲਿਸ਼ ਵੀ ਜਾਣਦਾ ਉਹਦੇ ਕੋਲ ਪੁੱਛੋਗੇ ਨਾ ਕਿ 84 ਦਾ ਕਤਲੇਆਮ ਕਿੰਨੇ ਕੀਤਾ, ਤਾਂ ਉਹਦਾ ਇੱਕੋ ਹੀ ਲਫ਼ਜ਼ ਨਿਕਲਦਾ, ਕਾਂਗਰਸ ਨੇ ਕੀਤਾ, ਕਾਂਗਰਸ ਦੀ ਸਰਕਾਰ ਨੇ ਕੀਤਾ, ਇਹਦੇ ਅੰਦਰ ਕੋਈ ਦੋਰਾਏ ਨਹੀਂ ਹੈਗਾ। ਅਗਰ ਅਸੀਂ ਗੱਲ ਕਰਦੇ ਹਾਂ ਜਸਵੀਰ ਸਿੰਘ ਖਾਲੜਾ ਸਾਹਿਬ ਦੀ ਗੱਲ ਕਰਦੇ ਹਾਂ, ਤਾਂ ਉਸ ਤੋਂ ਬਾਅਦ ਅਗਰ ਮੈਂ ਨਾਮ ਲਵਾਂ ਤਾਂ ਤੁਹਾਡਾ ਨਾਮ ਆਉਂਦਾ, ਜਿਨ੍ਹਾਂ ਨੇ ਓਪਨਲੀ ਦਿੱਲੀ ਪੁਲਿਸ ਦਾ ਨਾਮ ਲਿੱਤਾ, ਸਰਕਾਰਾਂ ਦਾ ਨਾਮ ਲਿੱਤਾ, ਔਰ ਘੱਟੋ ਘੱਟ ਗਿਆਨ ਗੋਦੜੀ ਮਸਲੇ ਦੇ ਉੱਤੇ। ਤੁਸੀਂ ਨੋਟ ਕਰੋ, ਤੁਹਾਡੇ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਨੇ, ਹਰ ਪ੍ਰੋਗਰਾਮ ਵਿੱਚ ਹੋਰ ਕੋਈ ਮੀਡੀਆ ਆਇਆ ਨੇ, ਹੋਵੇ ਦੱਸ ਨੇ ਹਮੇਸ਼ਾ ਕਈ ਚੈਨਲ ਬਦਲੇ, ਮਗਰ ਹਰ ਚੈਨਲ ਦੇ ਰਾਹੀਂ ਤੁਹਾਡੇ ਤੱਕ ਆਪਣੀ ਸੇਵਾ ਨਿਭਾਈ ਹੈਗੀ ਹੈ। ਮੇਰਾ ਕਹਿਣਾ ਸਿਰਫ ਸਿਰਫ ਇੰਨਾ ਹੈਗਾ ਕਿ 84 ਦੀ ਇਸ ਕਤਲੇਆਮ ਦੀ ਜੰਗ ਦੇ ਅੰਦਰ ਸਾਰੀਆਂ ਧਿਰਾਂ ਇਕੱਠੀਆਂ ਕਿਉਂ ਨਹੀਂ ਆਉਂਦੀਆਂ? ਸੁਣੋ, ਮੇਰੇ 'ਤੇ ਦੇਸ਼ ਧਰੋਹ ਦਾ FIR ਲਿਖੀ ਹੋਈ ਹੈ 3 ਸਾਲ ਤੋਂ, 124A ਦੀ ਦੇਸ਼ ਧਰੋਹ ਦੀ, ਜਿਹਦੀ ਜ਼ਮਾਨਤ ਨਹੀਂ ਹੈ। ਮੇਰਾ ਅਗਲੀ 17 ਤਰੀਕ ਨੂੰ ਵਾਇਸ ਸੈਂਪਲ ਹੋਣ ਵਾਸਤੇ ਪੁਲਿਸ ਮੈਨੂੰ ਲੈ ਕੇ ਜਾਏਗੀ। ਮੈਂ ਵਾਂਟਿਡ ਰਿਹਾ, ਮੈਂ ਟੈਰੋਰਿਸਟ ਰਿਹਾ, ਮੇਰੇ 'ਤੇ ਹੁਣ ਦੇਸ਼ ਧਰੋਹ ਦਾ ਮੁਕੱਦਮਾ, ਮੈਨੂੰ ਡਰਾ ਹੋਰ ਕੀ ਹੁੰਦਾ ਹੈ? ਦੇਸ਼ ਧਰੋਹ ਦਾ ਮੁਕੱਦਮਾ ਗੁਰਚਰਨ ਸਿੰਘ ਬੱਬਰ 'ਤੇ ਹੈ, 124A ਗੁਰਚਰਨ ਸਿੰਘ ਬੱਬਰ 'ਤੇ ਹੈ। ਨਹੀਂ ਡਰਦੇ? ਨਹੀਂ ਡਰਦੇ? ਇਹਦੇ 'ਚ ਕੀ ਹੈ? ਤੁਹਾਡੇ 'ਤੇ ਨਹੀਂ ਹੈਗੀ 124A। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੋਂ ਦੇ ਉੱਤੇ 124A ਨਹੀਂ ਹੈ, ਦਿੱਲੀ ਦੇ ਕਿਸੇ ਸਿੱਖ ਲੀਡਰ 'ਤੇ ਨਹੀਂ ਹੈ, ਸਿਰਫ ਮੇਰੇ 'ਤੇ ਹੈ। ਮੈਂ ਹੀ ਐਸਾ ਬੰਦਾ ਹਾਂ ਜਿਸ 'ਤੇ ਦੇਸ਼ ਧਰੋਹ ਦਾ ਮੁਕੱਦਮਾ FIR ਦਿੱਲੀ ਪੁਲਿਸ ਨੇ ਲਿਖੀ ਹੋਈ ਹੈ, ਮੈਨੂੰ ਕਿਸੇ ਵਕਤ ਵੀ ਲਿਜਾ ਸਕਦੇ ਨੇ। ਤੁਸੀਂ ਜੰਤਰ ਮੰਤਰ 'ਤੇ ਪ੍ਰੋਟੈਸਟ ਕਰ? ਨਹੀਂ ਡਰਦੇ? ਇਹਦੇ 'ਚ ਕੀ ਹੈ? ਸਤਵੰਤ ਸਿੰਘ ਨਹੀਂ ਡਰਿਆ ਸੀ? ਬਿਆਨ